ਇਹ ਤਕਰੀਬਨ ਰਾਤ 9:30 ਵਜੇ ਇਹ ਮੇਰਾ ਭਤੀਜਾ ਉੱਥੇ ਕੁੱਤੀ ਘੁੰਮਾ ਰਿਹਾ ਸੀਗਾ ਰਣਵੀਰ ਕੋਲਜ ਰੋਡ ਤੋਂ ਉਰਲੇ ਪਾਸੇ, ਡਾਕਟਰ ਅੰਬੇਦਕਰ ਨਗਰ ਜਿਹੜੀ ਚੌੜੀ ਗਲੀ ਆ ਉੱਥੇ। ਉਹ 9-10 ਬੰਦੇ ਆਏ, ਉਹਨਾਂ ਕੋਲ ਖਪਰੇ ਹੋਰ ਕਾੜੀਆਂ ਘੂੜੀਆਂ ਸੀ, ਉਹ ਬਿਨਾਂ ਮਤਲਬ ਤੋਂ ਕੋਈ ਗੱਲਬਾਤ, ਸਾਨੂੰ ਤਾਂ ਪਤਾ ਨਹੀਂ ਵੀ ਕੀ ਗੱਲ ਹੈ ਕਿਉਂ ਨਹੀਂ। ਇਹਦੇ ਮਾਰ ਕੇ ਤਕਰੀਬਨ 15-16 ਟਾਂਕੇ ਲੱਗੇ ਨੇ ਅਤੇ ਬਾਂਹ 'ਤੇ ਫ੍ਰੈਕਚਰ ਹੈ, ਸਿਰ 'ਚ ਹੈਡ ਇੰਜਰੀ ਹੈ। ਕੱਲ੍ਹ ਦਾ ਰਾਤ ਦੇ ਅਸੀਂ ਉਰੇ ਆਏ ਹੋਏ ਹਾਂ, ਰਾਤ ਇਹਨਾਂ ਨੇ ਰੁਕਾ ਭੇਜਿਆ ਜੀ ਉਰੋਂ ਹੋਸਪਿਟਲ ਵਾਲਿਆਂ ਨੇ, ਹੁਣ ਤੱਕ ਤਾਂ ਕੋਈ ਆਇਆ ਨਹੀਂ ਪੁਲਿਸ ਮੁਲਾਜ਼ਮ। ਇਹ ਤਾਂ ਵੀਰ ਜੀ ਕਾਨੂੰਨੀ ਕਾਰਵਾਈ ਜੋ ਬਣਦੀ ਹੈ ਹੋਣੀ ਚਾਹੀਦੀ ਹੈ, ਸਾਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਸਾਡੇ ਜਵਾਕ 'ਤੇ ਕਿਉਂ ਅਟੈਕ ਕੀਤਾ ਗਿਆ, ਕਿਉਂਕਿ ਨਾ ਤਾਂ ਇਹ ਲੜਨ ਵਾਲਾ ਜਵਾਕ ਹੈ, ਇਹ ਤਾਂ ਆਪਣੇ ਕੰਮ ਕਾਰ ਕਰਨੀ ਧਿਆਨ ਕਰਦਾ, ਕਿਤੇ ਫਾਲਤੂ ਜਾਂਦਾ ਨਹੀਂ ਆਉਂਦਾ ਨਹੀਂ। ਜਦੋਂ ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਫਿਰ ਤੁਹਾਡਾ ਰਹਿਣਾ ਵੀ ਬੜਾ ਦਿੱਕਤ ਹੈ ਨਾ ਸਾਨੂੰ। ਇੱਕ ਤਾਂ ਕੋਈ ਉੱਥੋਂ ਮੁੰਡਾ ਵੰਸ਼ ਹੈ, ਉਹ ਮਾਜਰੀ 'ਚ ਹੀ ਰਹਿੰਦਾ, ਇੱਕ ਕੋਈ 2-3 ਇੱਕ ਲਵ ਹੈ ਅਤੇ 10-11 ਜਾਣੇ ਸੀ, ਬਾਕੀਆਂ ਦੇ ਨਾਮ ਨਹੀਂ ਸਾਨੂੰ ਪਤਾ। ਇਹ ਦੋਨਾਂ ਨੂੰ ਕਿਸੇ ਨੂੰ ਫੜਿਆ ਜਾਵੇ, ਬਾਕੀ ਸਭ ਦੇ ਉਹਨੂੰ ਦੱਸ ਦੇਣਗੇ ਵੀ ਕੌਣ ਹੈ ਕੌਣ ਨਹੀਂ। ਮੇਰਾ ਅਨਿਲ ਕੁਮਾਰ ਕੀਚਾ ਜੀ। ਇਹ ਗੱਲਬਾਤ ਕੱਲ੍ਹ ਕੋਈ ਸ਼ਾਮ ਨੂੰ ਹੋਈ ਸੀ ਜੀ, ਰਾਤ ਨੂੰ, ਅਤੇ ਉੱਥੇ ਮੈਂ ਕਹਿ ਕੇ ਇਹਨਾਂ ਦਾ ਆਪਸ 'ਚ ਮਾੜਾ ਮੋਟਾ ਕਿਤੇ ਧੱਕਾ ਧੁੱਕਾ ਵੱਜ ਗਿਆ ਹੋਣਾ। ਉਸ ਧੱਕੇ 'ਚ ਮੈਂ ਉਹ ਜਵਾਕ ਨੂੰ ਕਿਹਾ ਵੀ ਜੇ ਕੱਲ੍ਹ ਧੱਕਾ ਵੱਜ ਵੀ ਗਿਆ ਚੱਲ ਮੈਂ ਮਾਫ਼ੀ ਮੰਗ ਲੈਂਦਾ। ਇਹਨਾਂ ਦਾ ਨਿਪਟਾਰਾ ਕਰਾਤਾ ਜੀ, ਉੱਥੇ ਸਾਰੇ ਅਸੀਂ ਇਕੱਠੇ ਹੀ ਖੜ੍ਹੇ ਸੀਗੇ ਅਤੇ ਨਿਪਟਾਰਾ ਹੋਣ ਤੋਂ ਬਾਅਦ ਚਲੇ ਗਏ ਆਪਣੇ ਆਪਣੇ ਘਰਾਂ ਨੂੰ। ਉਹ ਤੋਂ ਬਾਅਦ 10-12 ਜਣੇ ਆਏ ਨੇ ਜੀ, ਇਹ ਜਵਾਕ ਦਾ ਨਾਸ ਮਾਰਤਾ ਕੁੱਟ ਕੁੱਟ ਕੇ ਜੀ, ਇਹਦੇ ਹੈੱਡ ਇੰਜਰੀ ਇਹਦੇ ਹੋਈ ਹੋਈ ਹੈ, ਬਾਂਹ ਇਹਦੀ ਤੋੜਤੀ ਜੀ, ਲੱਤਾਂ 'ਤੇ ਟਾਂਕੇ ਇਹਦੇ ਲੱਗੇ ਨੇ ਜੀ, ਕੋਈ ਚੀਜ਼ ਯਾਨੀ ਕਿ ਉਹਨਾਂ ਨੇ ਮਾਰਨ ਕਿੰਨੀ ਕੋਈ ਕਸਰ ਨਹੀਂ ਛੱਡੀ ਹੈ ਜੀ। ਇਹ ਗੱਲਬਾਤ ਆ ਜੀ, ਇਹਨਾਂ ਦੀ ਕੋਈ ਹੋਈ ਸੀ, ਕੋਈ ਕਿਸੇ ਨੂੰ ਧੱਕਾ ਧੁੱਕਾ ਵੱਜ ਗਿਆ, ਉਸ ਦੀ ਗੱਲਬਾਤ ਹੋਈ ਸੀ। ਇਹ ਗੱਲ ਹੋਈ ਸੀ ਕੋਈ 7:30-8 ਵਜੇ, ਇਹ 9:00 ਦਾ ਪਾਕਾ ਹੋ ਗਿਆ, ਇਹ 9:15 ਉਹਦੇ ਪਿੱਛੇ ਹੀ ਵੱਗ ਗਏ ਜੀ ਘਰੇ, ਅਤੇ ਘਰੇ ਘਰ ਦੇ ਬਾਹਰ ਹੀ ਉਹਨੂੰ ਜਾ ਕੇ ਸਿੱਟ ਲਿਆ ਜੀ। ਕਾਰਵਾਈ ਦੇਖੋ ਜੀ, ਤੁਹਾਡੇ ਸਾਹਮਣੇ ਜਵਾਕ ਦੀ ਲਾਈਫ ਦਾ ਕੰਮ ਹੈ ਜੀ, ਹੈੱਡ ਇੰਜਰੀ ਹੋਈ ਹੋਈ ਹੈ ਜੀ, ਇਹਦੀ ਤਾਂ ਜਾਨ ਬਚੀ ਮਸਾ ਜੀ, ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਹਾਂਜੀ, ਉਹਨਾਂ 'ਤੇ ਇਰਾਦਾ ਕਤਲ ਦਾ ਪਰਚਾ ਹੋਣਾ ਚਾਹੀਦਾ ਜੀ। ਦੇਖੋ, ਜਦ ਕੋਈ ਗੱਲ ਨਹੀਂ, ਕੋਈ ਕਸੂਰ ਨਹੀਂ, ਬੰਦੇ ਨੂੰ ਮਾਰ ਕੇ ਸਿੱਟ ਕੇ ਆਪਣੀ ਜਾਨ 'ਚ ਤਾਂ ਮਾਰ ਹੀ ਗਏ ਜੀ, ਉਹਨਾਂ 'ਤੇ ਇਰਾਦਾ ਕਤਲ ਦਾ ਪਰਚਾ ਹੋਣਾ ਚਾਹੀਦਾ 307 ਦਾ, ਅਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਵੱਧੋ ਵੱਧ। ਸਾਡੇ ਕੋਲ ਡੁੱਕਾ ਮਸ਼ਹੂਰ ਹੋਇਆ ਜੀ, ਇੱਕ ਸਰਬਤਾਲ ਸੰਗਰੂਰ ਤੋਂ ਜਗਪ੍ਰੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਡਾਕਟਰ ਅੰਬੇਦਕਰ ਨਗਰ ਸੰਗਰੂਰ, ਉਹਨਾਂ ਦੇ ਅਸੀਂ ਕਾਰਵਾਈ ਲਈ ਬਿਆਨ ਲਿਖਣ ਆਇਆ ਉਰੇ। ਜੋ ਸਟੇਟਮੈਂਟ ਲਿਖਾਉਣਗੇ ਉਹ ਤਾਂ ਅਜੇ ਮੈਨੂੰ ਲੱਗਦਾ ਵਿਚਾਰਾ ਹੈ ਨਹੀਂ ਬਿਆਨ ਦੇਣ ਦੇ ਯੋਗ, ਫਿਰ ਜੇ ਉਹਦਾ ਕੋਈ ਵਾਰਸ ਜਿਹਨੇ ਦੇਖਿਆ ਹੋਵੇ ਇਹ ਮੌਕਾ ਅੱਖੀ ਲਿਖਾਊਗਾ ਕੋਈ ਬਿਆਨ, ਮੇਰਾ ਬਣਦੀ ਕਾਰਵਾਈ ਕੀਤੀ ਜਾਊਗੀ।